ਆ ਟਰੈਕਟਰ ਇੰਡੀਆ ਦੇ ਵਿੱਚ ਸਿਰਫ ਕਾਪੀ ਕਰਨ ਵਾਸਤੇ ਲਿਆਂਦੇ ਸੀ ਇਹ ਇੰਡੀਆ ਦੇ ਵਿੱਚ ਲਾਂਚ ਹੀ ਨਹੀਂ ਹੋਇਆ ਟਰੈਕਟਰ ਇਹਦਾ ਇੰਜਣ ਆ ਜਿਹੜਾ ਉਹ ਪਰਕਨ ਦਾ ਇੰਗਲੈਂਡ ਦਾ ਬਣਿਆ ਹੋਇਆ ਇਹਦੇ ਵਿੱਚ ਹੁਣ ਤੱਕ ਟਰੈਕਟਰਾਂ 'ਚ ਆਉਣ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਆ ਇੰਡੀਆ ਦੇ ਵਿੱਚ ਇਹਦੇ ਜਮਾਂ ਸਕੇ ਭਰਾ ਇੱਕ ਦੋ ਹੀ ਹੋਣਗੇ ਹਾਂ ਇਹਨੂੰ ਦੇਖ ਦੇਖ ਕੇ ਬੜੇ ਟਰੈਕਟਰ ਬਣੇ ਆ ਸੁਣੋ ਜਾਣਕਾਰੀ ਇਹ ਟਰੈਕਟਰ ਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਪੁਰਾਣਾ ਟਰੈਕਟਰ ਵਿਖਾਉਣਾ ਤੇ ਫੰਕਸ਼ਨ ਵੀ ਅੱਜ ਬਹੁਤ ਜ਼ਿਆਦਾ ਵਾ ਜਿਹੜੇ ਕਿ ਆਮ ਟਰੈਕਟਰਾਂ 'ਚ ਹੁਣ ਆਉਣ ਲੱਗਿਆ ਪਹਿਲਾਂ ਦੀ ਇਹਦੇ ਵਿੱਚ ਫਿੱਟ ਆ IMT ਵਾਲਿਆਂ ਦਾ ਟਰੈਕਟਰ ਆ ਇਸ ਵਕਤ ਸਰਦਾਰ ਅਵਤਾਰ ਸਿੰਘ ਸੰਧੂ ਜੀ ਹੁਣਾਂ ਕੋਲੇ ਆਪਾਂ ਨਕੋਦਰ ਦੇ ਨੇੜੇ ਪਿੰਡ ਪੈਂਦਾ ਮਾਲੜੀ ਉੱਥੇ ਆਏ ਹੋਏ ਆ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਗੱਲ ਇਹ ਆ ਵੀ ਇਹ ਟਰੈਕਟਰ ਮੈਂ ਤਾਂ ਦੇਖਿਆ ਨਹੀਂਗਾ ਕਿੰਨੇ ਹੋਣਗੇ ਭਲਾ ਮੇਰੇ ਖਿਆਲ 'ਚ ਮੈਂ ਵੀ ਇੱਕੋ ਹੀ ਦੇਖਿਆ ਜੀ ਇਹ ਜੀ ਟੂ ਵੀਲ ਜੀ ਤੇ 577 ਮੈਂ ਕਦੇ ਦੇਖਿਆ ਵੀ ਨਹੀਂ ਤੇ ਸੁਣਿਆ ਵੀ ਨਹੀਂ ਜੀ ਤੇ ਤੁਸੀਂ ਲੈ ਕੇ ਉਹ ਆ ਰਹੇ ਹੋ ਜਿਹੜੇ ਦੁਰਲੱਭ ਹੀ ਆ ਜੀ ਦੁਰਲੱਭ ਮੈਂ ਸਿਲੈਕਟ ਹੀ ਉਹ ਕਰਦਾ ਉਹ ਸਿਲੈਕਟ ਹੀ ਤੁਸੀਂ ਸਾਰੇ ਟ੍ਰੈਕਟਰ ਗੱਲ ਇੰਜਣ ਹੈਗਾ ਪਰਕਿੰਸ ਦਾ A4 ਪਰਕਿੰਸ ਦਾ A4 ਇੰਜਣ ਹੈ ਹਾਂਜੀ ਇਹਦੇ ਵਿੱਚ ਜੀ ਤੇ ਗੱਲ ਇਹ ਵੀ ਮੇਡ ਇਨ ਇੰਗਲੈਂਡ ਦੇ ਇੰਜਣ ਆ ਇਹ ਜੀ ਇੱਛੇ ਇੰਗਲੈਂਡ ਦੇ ਇੰਜਣ ਹੋ ਗਏ ਹਾਂਜੀ ਹਾਂਜੀ ਤੇ ਉਹ ਇਹ ਕਿਧਰ ਸਰਬੀਆ ਦਾ ਸੀਗਾ ਜੀ ਸਰਬੀਆ ਯੂਗੋਸਲਾਵੀਆ ਦਾ ਸ਼ਹਿਰ ਆ ਸਰਬੀਆ ਉੱਥੇ ਬਣਦੇ ਆ ਜੀ ਇਹ ਉੱਥੇ ਬਣਦੇ ਆ ਹਾਂਜੀ ਹਾਂਜੀ ਇਹ ਕਿਹੜਾ ਮਾਡਲ ਆਊਗਾ ਇਹ 1996 ਮਾਡਲ ਆ ਜੀ ਇਹ ਮੈਸੀ ਕੰਪਨੀਆਂ ਦੇ ਵਿੱਚ R&D ਲਈ ਆਏ ਸੀ ਰਿਸਰਚ ਐਂਡ ਡਿਵੈਲਪਮੈਂਟ ਲਈ ਆਏ ਸੀ ਟਰੈਕਟਰ ਜੀ ਤੇ ਉਦਾਂ ਇਹ ਕਦੇ ਲਾਂਚ ਨਹੀਂ ਹੋਏ ਇੰਡੀਆ ਦੇ ਵਿੱਚ ਇਹਨਾਂ ਨੂੰ ਸਿਰਫ ਇਹਨਾਂ ਦੀ ਨਕਲ ਮਾਰਨ ਦੇ ਲਈ ਮੈਸੀ ਟਰੈਕਟਰ ਲੈ ਕੇ ਆਇਆ ਸੀ ਇਹਨਾਂ ਦੀ ਨਕਲ ਮਾਰ ਕੇ ਉਦੋਂ ਬਾਅਦ ਇਹਨਾਂ ਨੇ ਫਿਰ ਸਾਰੇ ਇਹ ਸੇਲ ਕਰਤੇ ਸੀ ਤਿੰਨ ਚਾਰ ਟਰੈਕਟਰ ਸੀ ਜਿਹੜਾ 577 ਇਹ ਆਪਣੇ ਕੋਲ ਆ ਗਿਆ 566 ਇੱਕ ਹੋਰ ਮੇਰੇ ਦੋਸਤ ਆ ਉਹਨਾਂ ਕੋਲ ਚਲ ਗਿਆ ਤਿੰਨ ਚਾਰ ਟਰੈਕਟਰ ਸੀ 577 566 533 ਇਦਾਂ ਜਿਨ੍ਹਾਂ ਦੀ R&D ਕਰਨ ਲਈ ਰਿਸਰਚ ਐਂਡ ਡਿਵੈਲਪਮੈਂਟ ਲਈ ਮੈਸੀ ਕੰਪਨੀ ਲੈ ਕੇ ਆਈ ਸੀ ਜਿਵੇਂ ਬੋਰਡ ਦੇ ਪੇਪਰਾਂ 'ਚ ਨਕਲ ਆਉਂਦੀ ਹੁੰਦੀ ਆ ਉਹਨੂੰ ਦੇਖ ਕੇ ਕਰ ਲਿਆ ਲੈ ਕੇ ਅੱਜ ਵੀ ਲਿਆ ਰਹੇ ਆ ਜੀ ਸਾਰੀਆਂ ਕੰਪਨੀਆਂ ਲਿਆ ਰਹੀਆਂ ਜੀ ਹਾਂਜੀ ਇਹ ਨਕਲ ਮਾਰਨ ਨੂੰ ਮੇਨ ਇਹ ਕਹਿ ਸਕਦੇ ਆ ਪਾਕਟ ਬੁੱਕ ਸੀ ਇੱਕ ਪਾਕਟ ਬੁੱਕ ਸੀ ਸਹੀ ਗੱਲ ਸਹੀ ਗੱਲ ਸਹੀ ਗੱਲ ਤੇ ਆ ਕੀ ਹੈ ਜੀ ਹਰਨੇਕਾ ਦਿਖਾਈ ਨੇੜਿਆ ਕਿ ਹਾਂਜੀ ਇਹ ਇਹਦੀਆਂ ਪ੍ਰੈਸ਼ਰ ਬ੍ਰੇਕਾਂ ਆ ਜੀ ਜੀ ਏਅਰ ਐਂਡ ਆਇਲ ਬ੍ਰੇਕ ਹੈ ਇਹਦੀ ਜੀ ਔਰ ਇਹਦੀਆਂ ਬ੍ਰੇਕਾਂ ਤੁਸੀਂ ਦੇਖੋ ਕਿੰਨੀਆਂ ਨਰਮ ਆ ਜੀ ਇਹ ਪ੍ਰੈਸ਼ਰ ਐਂਡ ਆਇਲ ਬ੍ਰੇਕ ਹੈ ਜੀ ਇਹਨਾਂ ਦੀ ਇਹ ਨਾਲ ਹੀ ਆਉਂਦੀਆਂ ਇਹ ਨਾਲ ਹੀ ਆਉਂਦੀਆਂ ਸੀ ਜੀ ਬਿਲਟ ਨਹੀਂ ਹੈ ਕਿੰਨੀਆਂ ਸੋਹਣਾ ਡਿਜ਼ਾਈਨ ਕਿੱਡਾ ਹਰਨੇਕ ਨਿਕੜਿਆ ਕਿ ਦਿਖਾਈ ਬਿਲਕੁਲ ਨਾ ਬਿਲਕੁਲ ਪ੍ਰੈਸ਼ਰ ਬ੍ਰੇਕ ਹੈ ਨਾ ਕਮਾਲ ਇਹਦੇ ਅਜੇ ਆ ਪਾਈਪ ਲਾਉਣ ਵਾਲਾ ਜੀ ਆ ਦੇਖੋ ਜੀ ਏਅਰ ਏਅਰ ਐਂਡ ਆਇਲ ਦੋਵੇਂ ਸੀਗੀਆਂ ਦੋਵੇਂ ਹੀ ਸੀ ਹਾਂਜੀ ਹਾਂਜੀ ਆ ਇੱਥੇ ਪਰਕਸ ਵੀ ਲਿਖਿਆ ਹੋਇਆ ਵਾ ਦੇਖੋ ਪਰਕਸ ਦਾ ਇੰਜਨ ਹਾਂਜੀ ਪਰਕਸ ਦਾ ਇੰਜਨ ਆ ਇੰਗਲੈਂਡ ਦੀ ਕੰਪਨੀ ਸੀ ਤੇ ਯੂਗੋਸਲਾਵਾ ਕਿਹਦੇ ਬਣਿਆ ਹੋਇਆ ਹੈ ਨਾ ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਪਾਂ ਇਹਦੇ ਵਿੱਚ ਕੋਈ ਹੋਰ ਛੇੜਛਾੜ ਨਹੀਂ ਕੀਤੀ ਈਵਨ ਸਲੰਸਰ ਤੱਕ ਵੀ ਓਰੀਜਨਲ ਹੈ ਨਾਲ ਦਾ ਜੀ ਬਸ ਰੰਗ ਹੀ ਕਰਾਇਆ ਰੰਗ ਹੀ ਕਰਾਇਆ ਆਪਾਂ ਕਿਉਂਕਿ ਰੰਗ ਇਹਦਾ ਖਰਾਬ ਹੋਇਆ ਸੀਗਾ ਕਿਤੇ ਸ਼ੇਡ ਹੋਇਆ ਸੀ ਕਿਤੇ ਫੇਟ ਹੋਇਆ ਸੀ ਤੇ ਫਿਰ ਅਸੀਂ ਇੱਕੋ ਜਿਹਾ ਕਰਵਾਤਾ ਜੀ ਸਾਰਾ ਪਾਵਰ ਸਟੀਅਰਿੰਗ ਨਾਲ ਹੀ ਆਇਆ ਇਹਦਾ ਅਜੇ ਤੱਕ ਤੁਸੀਂ ਆ ਐਂਡ ਦੇਖ ਲਓ ਵੀ ਐਂਡਾਂ ਦੇ ਵਿੱਚ ਪੂਰਾ ਪਲੇ ਨਹੀਂ ਹੈਗੀ ਆ ਦੇਖੋ ਪੂਰਾ ਵੀ ਸਟੀਅਰਿੰਗ ਦੇ ਵਿੱਚ ਪਲੇ ਨਹੀਂ ਹੈਗੀ ਬਿਲਕੁਲ ਬਿਲਕੁਲ ਬੜੇ ਵਧੀਆ ਪੂਰਾ ਪਲੇ ਨਹੀਂ ਹੈਗੀ ਇਹਨਾਂ ਐਂਡਾਂ ਦੇ ਵਿੱਚ ਜੀ ਤੇ ਇਹਨਾਂ ਦਾ ਲੋਗੋ ਆ ਹੁੰਦਾ ਸੀਗਾ ਆਹ ਮਤਲਬ ਟੱਠਾ ਜਿਹਾ ਹੈ ਬਲਦ ਜਿਹਾ ਹਾਂਜੀ 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 ਇਹ ਬਲਦ ਨੂੰ ਟਾਇਰ ਲਾਏ ਆ ਜੀ ਬਲਦ ਨੂੰ ਟਾਇਰ ਲਾਏ ਬਲਦਾਂ ਜਿਹਨੇ ਔਰ ਤੁਸੀਂ ਇੱਕ ਚੀਜ਼ ਦੇਖੋ ਆ ਦੇਖੋ ਹਾਂ ਬਹੁਤ ਗ੍ਰਿਲ ਆ ਦੇਖੋ ਗ੍ਰਿਲ ਕਿੱਡੀ ਤਗੜੀ ਔਰ ਬਿਲਟ ਇਨ ਗ੍ਰਿਲ ਆ ਨਾਲ ਹੀ ਬੰਪਰ ਇਹਦੇ ਮੋਰੇ ਵੇਟ ਪੈਣਗੇ ਪਰ ਇਹ ਇੰਨੀ ਤਗੜੀ ਗ੍ਰਿਲ ਆ ਭਾਵੇਂ ਤੁਸੀਂ ਕੰਧ ਜਿਹਨੂੰ ਮਾਰਦੇ ਹੋ ਇਹਨੂੰ ਕੁਝ ਨਹੀਂ ਹੁੰਦਾ ਅੰਦਰ ਤੱਕ ਨੁਕਸਾਨ ਨਹੀਂ ਹੋਊਗਾ ਬਸ ਇਹਨੇ ਸੇਵ ਕਰ ਲੈਣਾ ਹਾਂਜੀ ਪੂਰੀ ਇਹ ਵੱਡੀ ਗ੍ਰਿਲ ਆ ਆ ਹੈਵੀ ਡਿਊਟੀ ਤੇ ਮੇਰੇ ਖਿਆਲ ਘੱਟੋ ਘੱਟ ਗ੍ਰਿਲ ਹੀ 1.5 ਕੁਇੰਟਲ ਦੀ ਹੋਊਗੀ ਜੀ ਆਮ ਟਰੈਕਟਰ ਦੀ ਕੇਸਿੰਗ ਹੁੰਦੀ ਉਹ ਪਲਾਸਟਿਕ ਦੀ ਹੁੰਦੀ ਆ ਮਾੜੀ ਜੀ ਵੱਜੀ ਨਹੀਂ ਤਾਂ ਟੁੱਟੀ ਨਹੀਂ ਬਿਲਕੁਲ ਪਰ ਇਹ ਚੀਜ਼ ਕਦੇ ਵੀ ਹਿੱਲ ਨਹੀਂ ਸਕਦੀ ਹਿੱਲ ਨਹੀਂ ਸਕਦੀ ਇੱਕ ਦੀ ਆਪਾਂ ਫੁੱਲ ਫਾਰਮ ਦੀ ਗੱਲ ਕਰਦੇ ਸੀ ਮੈਂ ਨਾ ਸਰਚ ਕੀਤਾ ਵੀ ਕੀ ਹੋਊਗਾ ਜੀ IMT ਦੀ ਫੁੱਲ ਫਾਰਮ ਹਾਂਜੀ ਸੀ ਇੱਥੇ ਮੈਂ ਦਰਸ਼ਕਾਂ ਨੂੰ ਦੱਸਦਿਆਂ ਵੀ ਇੰਡਸਟਰੀ ਆਫ ਮਸ਼ੀਨਰੀ ਐਂਡ ਟਰੈਕਟਰਸ ਯਾ IMT ਦਾ ਪੂਰਾ ਮਤਲਬ ਇਹ ਬਣਦਾ ਹਾਂਜੀ ਹਾਂਜੀ ਕਿ ਆਹ ਮਤਲਬ ਬਣਦਾ ਇਹਦਾ ਇਧਰਲੇ ਪਾਸੇ ਵੀ ਆ ਜਾ ਹਰਨੇਕ ਦਿਖਾ ਦਈਏ ਕਮਾਲ ਆ ਬਈ ਆ ਤਾਂ ਆਹ ਨਾਲ ਹੀ ਸੀ ਆ ਇਹ ਹਾਂਜੀ 에ਅਰ ਟੈਂਕ ਬ੍ਰੇਕਾਂ ਦੇ ਲਈ ਤੇ ਇਹ ਤੁਹਾਨੂੰ ਪਿੱਛੇ 에ਅਰ ਹੋਸ ਦਿੱਤੀਆਂ ਆ ਜੇ ਤੁਸੀਂ ਕੋਈ ਟਰਾਲੀ ਲਿੰਕ ਕਰਨੀ ਜਾਂ ਕੁਝ ਵੀ ਕਰਨਾ ਤੁਸੀਂ ਉਹਨੂੰ ਕਰ ਸਕਦੇ ਆ ਜੀ ਜੀ ਇਹ ਨਾਲ ਦੇ ਸੀ ਆ ਵੀ ਨਾਲ ਹੀ ਆ ਇਹ ਦੇਖੋ ਉਹਨਾਂ ਟਾਈਮਾਂ ਦੇ ਵਿੱਚ ਡਿਸਟ੍ਰੀਬਿਊਟਰ ਆ ਰਹੇ ਸੀ ਜੀ ਹਰਨੇਕਾ ਦਿਖਾ ਦੇ ਵੀ ਆ ਨਾਲ ਦੀ ਆ 4 ਪੁਆਇੰਟ ਡਿਸਟ੍ਰੀਬਿਊਟਰ ਸੀ ਜਿਹੜੇ ਕਿ ਅੱਜ ਵੀ ਨਹੀਂ ਆ ਰਹੇ ਅੱਜ ਵੀ ਨਹੀਂ ਆ ਰਹੇ ਹਾਂਜੀ ਹਾਂਜੀ ਔਰ 6 ਗੇਅਰ ਸੀ ਇਸ ਟਰੈਕਟਰ ਦੇ 6 ਗੇਅਰ ਹਾਂਜੀ 6 ਗੇਅਰ ਆ ਨੋਬਾ ਨਾਲ ਦੀਆਂ ਆਈਆਂ ਇਹਦੀਆਂ ਜੀ ਤੇ ਔਰ 6 ਗੇਅਰਾਂ ਦੇ ਵਿੱਚ ਸੀ ਇਹ ਟਰੈਕਟਰ ਜੀ ਆਇਓ ਮਗਰਲੇ ਪਾਸੋਂ ਵੀ ਆਪਾਂ ਦੇ ਆਹ ਬੜੇ ਸੋਹਣੇ ਆ ਬਈ ਹਾਂਜੀ ਇਹਦੇ ਦੇਖੋ ਕਿੰਨੇ ਹੈਵੀ ਡਿਊਟੀ ਰਿਮ ਸੀ ਇਹਨਾਂ ਨੂੰ ਵੇਟ ਪਾਉਣ ਦੀ ਲੋੜ ਨਹੀਂ ਸੀ ਫਰੰਟ ਤੇ ਗ੍ਰਿਲ ਲਾਈ ਸੀ ਇੰਨੀ ਭਾਰੀ ਤੇ ਬੈਕ ਤੇ ਰਿਮ ਹੀ ਇੰਨੇ ਹੈਵੀ ਡਿਊਟੀ ਬਣਾਤੇ ਐਕਸਟਰਾ ਵੇਟ ਦੀ ਲੋੜ ਹੀ ਨਹੀਂ ਸੀ ਇਹਨਾਂ ਨੂੰ ਇੱਕ ਕੱਦ ਕਾਠ ਵੀ ਲੰਬਾ ਤੇ ਕੂੰ ਵੀ ਚੜਾਈ ਵੀ ਇਹ ਵੀ ਚੜਾਈ ਆ ਬਹੁਤ ਵਕਾਰ ਪੂਰਾ ਵਾ ਹਾਂਜੀ 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 ਇਧਰਲੇ ਪਾਸੇ ਰਨੇਕਾ ਜੀ ਮਗਰਲੇ ਪਾਸੇ ਆਪਾਂ ਵੇਖ ਲਈਏ ਆਹ ਜੈਕ ਜੇ ਵੀ ਬੜੇ ਆਹ ਦੇਖੋ ਜੀ ਹੁਣ
ਹੁਣ ਆ ਰਹੇ ਆ ਟਰੈਕਟਰਾਂ ਨੂੰ ਆਹ ਜਿਹੜੇ ਜੈਕ ਆ ਇਹ ਉਹਨਾਂ ਟਾਈਮਾਂ 'ਚ ਦੇਖੋ ਕਿੰਨੇ ਸੋਹਣੇ ਜੈਕ ਔਰ ਇਹਦੀ ਲੈਫਟ ਕਪੈਸਿਟੀ ਆਲਮੋਸਟ 30 ਕੁਇੰਟਲ ਦੇ 28-30 ਕੁਇੰਟਲ ਦੇ ਲਾਗੇ ਹੋਊਗੀ ਜੀ ਔਰ ਆਹ ਸਾਰੀਆਂ ਚੀਜ਼ਾਂ ਦੇਖੋ ਕਿੰਨੀਆਂ ਹੈਵੀ ਡਿਊਟੀ ਲਾਈਆਂ ਹੋਈਆਂ ਬਿਲਕੁਲ ਬਿਲਕੁਲ ਜੀ ਬਿਲਕੁਲ ਹਿਲਦੀਆਂ ਨਹੀਂ ਛੇਤੀ ਕਿਤੇ ਹਿਲਦੀ ਕੋਈ ਵੀ ਚੀਜ਼ ਨਹੀਂ ਹਿਲਦੀ ਮਤਲਬ ਗੰਨੇ ਵਾਲੀ ਟਰਾਲੀਆਂ ਨੂੰ ਖਿੱਚਣ ਨੂੰ ਬੜਾ ਕਾਮਯਾਬ ਹੋ ਬਹੁਤ ਜੀ ਬਹੁਤ ਬਹੁਤ ਸਹੀ ਗੱਲ ਹੈ ਜੀ ਤੇ ਦਰਸ਼ਕੋ ਕਿਵੇਂ ਲੱਗੀ ਗੱਲਬਾਤ ਬਾਈ ਜੀ ਇਹ ਫਿਰ ਕਿੱਥੋਂ ਲਿਆਂਦਾ ਸੀ ਇਹ ਕਿਹੜਾ ਜੀ ਆਹ ਹਾ ਟਰੈਕਟਰ ਇਹ ਅਸੀਂ ਲਿਆਂਦਾ ਸੀ ਗੁਰੂ ਹਰ ਸਹਾਇ ਤੋਂ ਜੀ ਗੁਰੂ ਹਰ ਸਹਾਇ ਉਹਨਾਂ ਨੇ ਲਿਆਂਦਾ ਸੀ ਮੈਸੀ ਕੰਪਨੀ ਦੇ ਵਿੱਚੋਂ ਜਿੱਥੋਂ ਇਹਦੀ ਹੋਈ ਸੀ ਆਕਸ਼ਨ ਜੀ ਆਰ&ਡੀ ਹੋਈ ਸੀ ਉੱਥੋਂ ਲਿਆਂਦਾ ਸੀ ਉਹਨਾਂ ਨੇ ਤੇ ਇਹਦੇ ਇੱਥੇ ਲੱਗੇ ਸੀ 에ਅਰ ਹੋਸ ਵੀ ਇੱਥੇ ਲੱਗੀਆਂ ਸੀ ਇਹਦੇ ਨਿੱਪਲਾਂ ਵੀ ਪਰ ਉਹ ਮੈਨੂੰ ਲੱਗਦਾ ਜਦੋਂ ਉਹਨਾਂ ਰੰਗ ਲਾਇਆ ਉਦੋਂ ਲਾਤੀਆਂ ਜਿਹੜੀਆਂ ਬਾਹਰ ਕਲਿੱਕ ਹੁੰਦੀਆਂ ਸੀਗੀਆਂ ਜਿਹੜੇ ਬਾਹਰ ਸੈਮੀ ਟਰੱਕਾਂ ਨੂੰ ਕਲਿੱਕ ਹੁੰਦੀਆਂ ਨਾ ਉਹ ਲੱਗੀਆਂ ਸੀ ਵੀ ਕਿਤੇ ਪਿੱਛੇ ਟ੍ਰੇਲਰ ਨੂੰ ਵੀ 에ਅਰ ਚਾਹੀਦੀ ਹੋਵੇ ਤੇ ਇਹ ਉਹਨੂੰ ਵੀ 에ਅਰ ਦਿੰਦਾ ਸੀ ਨਾਲ ਦੀ ਸੀਟ ਆ ਜੀ ਇਹ ਜੀ ਨਾਲ ਦੀ ਸੀਟ ਆ ਦੇਖੋ ਕਿੰਨੀ ਸੀਟ ਵੀ ਸ਼ਾਨਦਾਰ ਆ ਹਾਂਜੀ ਕਿੱਥੇ ਹੋ ਸਕਦੀ ਸੀ ਆ 4 ਪੁਆਇੰਟ ਇਹਦੇ ਹੈਗੇ ਆ ਜੀ ਜੀ ਹਿਚਿੰਗ ਪੁਆਇੰਟ ਜਿਹਨੂੰ ਆਪਾਂ ਕਹਿ ਦਿੰਦੇ ਆ ਡਿਸਟ੍ਰੀਬਿਊਟਰ ਪੁਆਇੰਟ ਜਿਹੜੇ ਹੁਣ ਆ ਰਹੇ ਆ ਆ ਤੇ ਆਹ ਫਿਰ ਹੁਣ ਇਹ ਨਾਲ ਦੇ ਨਹੀਂ ਇਹ ਨਾਲ ਨਹੀਂ ਸੀ ਆਈ ਆ ਨਾਲ ਆਇਆ ਸੀ ਜੀ ਉਹ ਅਸੀਂ ਮੈਸੀ ਕੰਪਨੀ ਤੋਂ ਲੈ ਕੇ ਇਹਦੀ ਜਿਹੜੀ ਰੋਪ ਆ ਲਾਈ ਆ ਜੀ ਜੀ ਇਹ ਸਾਰੀ ਸਟੀਲ ਦੀ ਆ ਜੀ ਇਹ ਸਟੀਲ ਦੀ ਆ ਸਟੀਲ ਦੀ ਰੋਪ ਆ ਹਾਂਜੀ ਤੁਹਾਡਾ ਮਨਪੋਂਦਾ ਟਰੈਕਟਰ ਕਹਿ ਸਕਦੇ ਕਿਹੜਾ ਵਾ ਅਸਲ ਚ ਤੁਹਾਡਾ ਟਰੈਕਟਰ ਤਾਂ ਸਾਰੇ ਨਮੂਨਿਆਂ ਦੇ ਪਏ ਆ ਮਨ ਪਾਉਂਦਾ ਜਿਹੜਾ ਲੱਗਦਾ ਹੋਵੇ ਬੈਸਟ ਯਾਰ ਇੱਕ ਕਹਾਵਤ ਸੁਣੀ ਆ ਵੀ ਮਾਂ ਨੂੰ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ ਜੇ ਕਹੀਏ ਵੀ ਆਹ ਮੇਰਾ ਬਹੁਤ ਫੇਵਰੇਟ ਆ ਹਾਂ ਉਦਾਂ ਮੈਂ ਚਲਾਉਣ ਨੂੰ ਜ਼ਿਆਦਾ ਕਾਰਟ ਵੀ ਚਲਾਉਣਾ ਆ ਏਸੀ ਕੈਬਨ ਆ ਜਿਹੜਾ ਕਿਉਂਕਿ ਕੰਫਰਟੇਬਲ ਆ ਪਲੱਸ ਤੁਸੀਂ ਇਦਾਂ ਹੀ ਬਹਿ ਜਾਂਦੇ ਆ ਤੇ ਇਦਾਂ ਹੀ ਨਿਕਲੇ ਆਉਨੇ ਆ ਤੇ ਜਿਹੜੇ ਬਾਕੀ ਸਾਰੇ ਪਿਆਰੇ ਆ ਆਪਾਂ ਨੂੰ ਤਾਂ ਇੱਕ ਹੁੰਦਾ ਨਾ ਕਮਾਊ ਬੜਾ ਵੀ ਇਹ ਆਤਾਂ ਪਤਾ ਲੱਗਦਾ ਇਹ ਬੜਾ ਯਾਰ ਚੰਗਾ ਇਹਦਾ ਜਿਹੜਾ ਕਮਾਊ ਸਾਡਾ ਪਿੰਡ ਖੜਾ ਜਿਹਨੇ ਸਾਡਾ ਸਾਰਾ ਇਹ ਕੰਮ ਕਾਰ ਕੀਤਾ ਜਿਹੜੇ ਮੇਰੇ ਡੈਡ ਵਾਲਾ ਟਰੈਕਟਰ ਆ 245 ਮੈਸੀ 245 ਉਹ ਸਾਡਾ ਕਮਾਊ ਪੋਤਿਆ ਉਹਨੂੰ ਹੁਣ ਅਸੀਂ ਰੈਸਟ ਤੇ ਹੀ ਰੱਖਿਆ ਉਹਨੂੰ ਆਮ ਬੰਦੇ ਨੂੰ ਉੱਥੇ ਪਹੁੰਚਦਾ ਵੀ ਨਹੀਂ ਉਸ ਕੋਲ ਜੀ ਉਹਨੂੰ ਇਦਾਂ ਦੇ ਥਾਂ ਤੇ ਰੱਖਿਆ ਹੋਇਆ ਵੀ ਬਹੁਤ ਵੀ ਕੋਈ ਬੰਦਾ ਜੁੱਤੀ ਲੈ ਕੇ ਨਾ ਚੜ ਜਾਏ ਕੁਛ ਨੁਕਸਾਨ ਨਾ ਉਹਦਾ ਕਰ ਦੇਵੇ ਜੀ ਉਹ ਸਭ ਤੋਂ ਵੱਡਾ ਕਮਾਊ ਪੁੱਤ ਸੀ ਸਾਡਾ ਜਿਹਨੇ ਕਿ ਅੱਜ ਰੰਗ ਲਾਤੇ ਜੀ ਔਰ ਉਹਦੀ ਸ਼ੁਰੂਆਤ ਤੋਂ ਹੀ ਆ ਸਾਰਾ ਬਣਿਆ ਜੋ ਕੁਛ ਵੀ ਬਣਿਆ ਜੀ ਨਹੀਂ ਤਾਂ ਅੱਜ ਤੋਂ 4 ਸਾਲ ਪਹਿਲਾਂ ਦੀ ਮੈਂ ਸਕੂਹ ਦੀ ਤੁਹਾਨੂੰ ਤਸਵੀਰ ਦਿਖਾਲਾਂ ਜੀ ਤੇ ਸਾਨੂੰ ਆਪ ਤਰਸ ਆਉਂਦਾ ਸੀ ਸਾਨੂੰ ਇਦਾਂ ਲੱਗਦਾ ਸੀ ਕਿ ਅਸੀਂ ਕੈਨੇਡਾ 'ਚ ਜਾ ਕੇ ਤਾਂ ਬਸ ਹੁਣ ਸਾਡਾ ਵੀ ਖਤਮ ਆ ਕੰਮ ਇੱਥੋਂ ਜੀ ਪਰ ਜਦੋਂ ਹੁਣ ਅਸੀਂ ਦੇਖੀਦਾ ਤੇ ਹੁਣ ਜੀਣ ਦੀ ਚਾਹਨਾ ਹੋਰ ਵੱਧਦੀ ਆ ਵੀ ਯਾਰ ਇੱਥੇ ਹੀ ਰਹੀਏ ਇੱਥੇ ਹੀ ਕੰਮ ਕਰੀਏ ਹੋਰ ਕੀ ਚਾਹੀਦਾ ਜਿਵੇਂ ਸਾਡੇ ਇੱਧਰ ਮਾਲਵੇ ਦੇ ਵਿੱਚ ਇੱਕ ਬਾਹਰਲਾ ਘਰ ਹੁੰਦਾ ਜਿੱਥੇ ਪਸ਼ੂ ਬੰਨੇ ਹੁੰਦੇ ਹਾਂਜੀ ਹਾਂਜੀ ਸਾਡਾ ਖੂਹ ਹੁੰਦਾ ਜੀ ਤੇ ਉਵੇਂ ਹੀ ਤੁਹਾਡਾ ਕੈਨੇਡਾ ਹੁਣ ਇੱਕ ਬਾਹਰਲਾ ਘਰ ਆ ਵੀ ਆਪਣੇ ਮੱਝਾਂ ਚੋਣੀ ਜਾਂਦੇ ਆ ਸਹੀ ਗੱਲ ਮੱਝਾਂ ਚੋਣੀ ਮੱਝਾਂ ਕਾਵਾਂ ਚੋਣੀ ਜਾਂਦੇ ਆ ਕੱਲਾ ਬਸ ਵਾਕਈ ਵਾਕਈ ਸਹੀ ਤੇ ਓਰੀਜਨਲ ਘਰ ਤੁਹਾਡਾ ਆਹ ਬਣ ਗਿਆ ਅਸਲ ਦੇ ਵਿੱਚ ਸਹੀ ਗੱਲ ਮੇਨ ਵਸੇਵਾ ਬਾਕੀ ਹਰ ਟਰੈਕਟਰ ਦੀ ਐਮਰਜੈਂਸੀ ਵੱਖਰੀ ਆ ਹਰ ਟਰੈਕਟਰ ਕਮਾਊ ਆ ਹਰ ਟਰੈਕਟਰ ਹੀ ਆਪਾਂ ਨੂੰ ਰੋਟੀ ਦਿੰਦਾ ਜੀ ਕਿਸੇ ਕੋਲ ਕੋਈ ਆ ਕਿਸੇ ਕੋਲ ਕੋਈ ਆ ਸਾਰਿਆਂ ਦੇ ਹੀ ਚਹੇਤੇ ਟਰੈਕਟਰ ਆ ਜੀ ਆਹ ਕੀ ਸੀ ਇਹ ਪਾਵਰ ਸਟੀਅਰਿੰਗ ਆ ਜੀ ਨਾਲ ਦੇ ਹੀ ਓਰੀਜਨਲ ਪਾਵਰ ਸਟੀਅਰਿੰਗ ਨਾਲ ਦਾ ਹੀ ਇਹਨੂੰ ਆਇਆ ਹੋਇਆ ਜੀ ਤੇ ਇਹ ਹੁਣ ਨਹੀਂ ਆਉਂਦੇ ਟਰੈਕਟਰ ਇਹਨਾਂ ਦੇ ਕਿਉਂ ਆਉਂਦੇ ਹੁਣ ਨਹੀਂ ਆਉਂਦੇ ਜੀ ਇਹ ਤਾਂ ਆਏ ਹੀ ਨਹੀਂ ਕਦੇ ਵੀ ਇੰਡੀਆ ਦੇ ਵਿੱਚ IMT 577 ਲਾਂਚ ਹੀ ਨਹੀਂ ਕਦੇ ਹੋਇਆ ਇੰਨੇ ਵਧੀਆ ਟਰੈਕਟਰ ਫਿਰ ਕੀ ਕਾਰਨ ਹੋ ਸਕਦਾ ਵੀ ਇਹ ਆਏ ਹੀ ਨਹੀਂ ਇਹ ਭਾਜੀ ਉਹੀ ਆਪਾਂ ਅੱਗੇ ਗੱਲ ਕਰਦੇ ਹਾਂ ਵੀ ਗਵਰਨਮੈਂਟਾਂ ਦੀ ਨਲੈਕੀ ਵੀ ਨਹੀਂ ਆਉਣ ਦਿੰਦੇ ਉਹ ਇੰਪੋਰਟੈਂਟ ਟਰੈਕਟਰ ਨਹੀਂ ਆਉਣ ਦਿੰਦੇ ਉਹ ਕਿਉਂਕਿ ਜੇ ਇਹ ਆਉਣ ਲੱਗ ਪਏ ਤਾਂ ਇੱਥੇ ਵਾਲੇ ਨਹੀਂ ਵਿਕਣੇ ਜੀ ਹਾਂ ਉਹ ਆਹ ਟਰੈਕਟਰ ਆ ਗਿਆ ਬ੍ਰੈਂਡ ਨਿਊ ਤੇ ਨਵੇਂ ਮੈਸੀ ਨਹੀਂ ਵਿਕਣੇ ਜੀ ਲੋਕਾਂ ਨੇ ਆਹ ਹੀ ਲੈਣੇ ਆ ਇਹਨਾਂ ਦਾ ਦੇਖੋ ਮਟੀਰੀਅਲ ਕਿੰਨਾ ਅਜੇ ਤੱਕ ਸਲਾਂਸਰ ਨਹੀਂ ਯਾਰ ਖਰਾਬ ਹੋਏ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਵੀ ਚੀਜ਼ ਢਿੱਲੀ ਹੋਣ ਵਾਲੀ ਨਹੀਂ ਔਰ ਲਾਈਫ ਟਾਈਮ ਦੇ ਟਰੈਕਟਰ ਆ ਇਹ ਜਿੰਨਾ ਮਰਜ਼ੀ ਚਲਾ ਲਓ ਇਹਨਾਂ ਨੂੰ ਕੁਝ ਹੋਣਾ ਨਹੀਂ ਬਿਲਕੁਲ ਇਹਨਾਂ ਨੂੰ ਕੁਝ ਨਹੀਂ ਹੋਣਾ ਸਹੀ ਗੱਲ ਤੇ ਇੱਕ ਬਾਈ ਜੀ ਆ ਤੇ ਇੱਕ ਉਹ ਖੜਾ ਤੁਹਾਡੇ ਕੋਲ ਇਹਦੇ ਨਾਲ ਦਾ ਹੀ ਹਾਂਜੀ ਆ ਜਾਓ ਉਹਦੇ ਬਾਰੇ ਵੀ ਤੁਹਾਨੂੰ ਮੈਂ ਫੋਟੋ ਸਟੇਟ ਆ ਕਿ ਇਹਦਾ ਓਰੀਜਨਲ ਕੀ ਆ ਉਹ ਗੱਲਬਾਤ ਇਹਦੀ ਬਈ ਇਹ ਵੀ 577 ਆ ਤੁਸੀਂ ਸੋਚਦੇ ਹੋ ਮੈਂ ਕਿਹਾ ਵੀ ਇਹ ਕੱਲਾ ਹੀ 577 ਆ ਜੀ ਇਹ ਵੀ 577 ਆ ਹਾਂ 4 ਸਿਲੰਡਰ ਹਾਂਜੀ ਹਾਂਜੀ ਇਹ ਟਰੈਕਟਰ ਉਸ ਟਰੈਕਟਰ ਦੀ ਆਰ&ਡੀ ਤੋਂ ਬਾਅਦ ਬਣੇ ਹੋਏ ਟਰੈਕਟਰ ਆ ਇਹ ਕਾਪੀ ਹੋਈ ਆ ਜਿਹੜੀ ਨਕਲ ਮਾਰੀ ਆ ਹਾਂ ਉਹਦੀ ਨਕਲ ਵੱਜ ਕੇ ਆ ਟਰੈਕਟਰ ਬਣੇ ਹੋਏ ਆ ਹਾਂ ਇੱਥੇ ਨਾ ਦਰਸ਼ਕਾਂ ਦੇ ਵੀ ਸਵਾਲ ਆਉਣੇ ਸੀ ਭਾਈ ਇਹ ਤਾਂ ਸਾਡੇ ਕੋਲ ਵੀ ਖੜਾ ਆ ਹੋਣਗੇ ਆਮ ਇਹ ਨਹੀਂ ਹੈਗਾ ਜੀ ਇਹ ਵੀ ਨਹੀਂ ਹੈਗਾ ਕਿਸੇ ਕੋ ਵੀ ਹੈ ਨਹੀਂ ਇਹ ਵੀ ਇੰਡੀਆ ਦਾ ਇੱਕੋ ਹੀ ਹੋਊਗਾ ਜੀ ਅੱਛਾ ਨਕਲ ਮਾਰੀ ਵਾਲਾ ਵੀ ਹੈ ਨਹੀਂ ਕਿਸੇ ਕੋਲ ਇਹ ਕਿਉਂਕਿ ਐਕਸਪੋਰਟ ਕਰਦੇ ਆ ਜੀ ਜੀ ਇਹ ਐਕਸਪੋਰਟ ਕਰਦੇ ਆ ਇਹ ਇੱਥੇ ਸੇਲ ਨਹੀਂ ਕਰਦੇ 4 ਸਿਲੰਡਰ ਆ ਜੀ ਹਨਾ 4 ਸਿਲੰਡਰ ਆ ਇਹਦੇ ਵੀ ਦੇਖੋ ਕੰਪਰੈਸ਼ਰ ਲੱਗਾ ਟੈਂਕੀ ਇਹਦੇ ਵੀ ਲੱਗੀ ਆ ਸੇਮ ਇਹਦੀ ਕਾਪੀ ਕੀਤੀ ਆ ਜੀ ਪਰ ਇਹਦੇ ਚ ਕੀ ਹੋਇਆ ਇਹਦੇ ਚ ਪੰਪ ਉਹਨਾਂ ਨੇ ਲਾਤਾ ਇਨਲਾਈਨ ਉਹਦੇ ਚ ਰੂਟਰ ਸੀਗਾ ਉਹ ਚ ਪਰਕਨ ਦਾ ਇੰਜਨ ਸੀ ਇਹ ਚ A4 ਦਾ ਇੰਜਨ ਆ ਜੀ ਜੀ ਤੇ ਗੱਲ ਉਹ ਆ ਵੀ ਉਹ ਕਿੰਨੇ ਸਿਲੰਡਰ ਸੀਗਾ ਉਹ ਵੀ 4 ਸਿਲੰਡਰ ਸੀ ਇਹ ਵੀ 4 ਸਿਲੰਡਰ ਕਿੰਨੇ ਹਾਰਸ ਪਾਵਰ ਆ ਉਹ 75 HP ਆ ਇਹ ਵੀ 75 ਇਹ 90 HP ਆ ਇਹ ਵਧਾ ਲਿਆ ਬਸ ਇਹ ਵਧਾ ਲਿਆ ਹਾਂਜੀ ਹਾਂਜੀ ਬਿਲਕੁਲ ਆ ਸਾਰਾ ਕੁਝ ਨਾਲ ਲਿਖਿਆ ਹੋਇਆ ਇੱਕ
ਇਹ 4x4 ਆ ਜੀ, ਇਹ ਤਾਂ ਨਵੇਂ ਆ ਗਿਆ ਨਾ ਫਿਰ, ਨਵਿਆਂ ਦੇ ਹਿਸਾਬ ਚ, ਨਵਿਆਂ ਦੇ ਹਿਸਾਬ ਨਾਲ ਆ ਗਿਆ ਜੀ, ਪਰ ਵੱਡਾ ਕੱਦ ਕਾਠ ਬਹੁਤ ਆ। ਹਾਂਜੀ ਹਾਂਜੀ, ਇਹ ਗੱਲ ਵੀ ਨਕਲ ਮਾਰਨ ਲਈ ਵੀ ਦਿਮਾਗ ਚਾਹੀਦਾ, ਨਕਲ ਮਾਰਨ ਲਈ ਵੀ ਦਿਮਾਗ ਚਾਹੀਦਾ। ਇਹਦੇ ਵੀ ਆ ਦੇਖੋ ਉਹੀ ਸਿਸਟਮ ਛਿੱਕ ਵਾਲਾ ਲੱਗਾ ਹੋਇਆ, ਟੈਂਕੀ ਉਹ ਥੱਲੇ ਲੱਗੀ ਹੋਈ ਆ ਜੀ, ਹਰ ਚੀਜ਼ ਉਹਦੇ ਵਾਂਗੂ ਹੀ ਲਾਈ ਹੋਈ ਹੈ ਇਹਦੀ ਵੀ। ਬਿਲਕੁਲ, ਇਹਦੇ ਵੀ ਬ੍ਰੇਕਾਂ ਤੁਸੀਂ ਦੇਖੋ ਉਹਦੇ ਵਾਂਗੂ ਹੀ ਬਣਾਈਆਂ ਹੋਈਆਂ ਜਿੱਦਾਂ ਉਹਦੇ ਆ ਜੀ, ਪਰ ਇਹਦੇ ਸਿੰਪਲ ਬ੍ਰੇਕ ਕਰਤੀ, ਉਹਦੇ ਏਅਰ, ਉਹਦੇ ਏਅਰ ਵਾਲੀ ਬ੍ਰੇਕ ਸੀ। ਬਿਲਕੁਲ, ਇਹਦੇ ਵਿੱਚ ਇੰਜਨ 75 HP ਦਾ ਸੀ, ਟਰਬੋ ਲਾਉਣ ਕਰਕੇ 10-15 ਹਾਰਸ ਪਾਵਰ ਵੱਧ ਜਾਂਦੀ ਹੈ ਜੀ, ਵੱਧ ਜਾਂਦੀ ਹੈ। ਬਿਲਕੁਲ ਜੀ। ਸੋ ਦਰਸ਼ਕੋ, ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ। ਮਿਹਰਬਾਨੀ, ਧੰਨਵਾਦ।